ਮਿੱਤਰੋ, ਇਹ ਕੌੜਾ ਸੱਚ ਹੈ ਕਿ ਮਜ਼ਦੂਰਾਂ ਨੂੰ ਸਾਰੇ ਟਿੱਚ ਸਮਝਦੇ ਨੇ। ਜੇਕਰ ਤੁਸੀਂ ਅੰਬਾਨੀਆਂ ਦੇ ਵਿਆਹ ਦੇ ਠੁਮਕਿਆਂ ਦੀਆਂ ਖਬਰਾਂ ਤੋਂ ਵਿਹਲੇ ਹੋ ਚੁੱਕੇ ਹੋ ਤਾਂ ਅੱਜ ਮੇਰੀ ਗੱਲ ਗੌਰ ਨਾਲ ਸੁਣਿਓ। ਮਜ਼ਦੂਰ ਦੀਆਂ ਵੋਟਾਂ ਬਿਨਾਂ ਨਾ ਸਰਕਾਰ ਬਣਦੀ ਹੈ, ਮਜ਼ਦੂਰਾਂ ਬਿਨਾਂ ਨਾ ਕਿਸਾਨ ਦਾ ਸਰਦਾ ਹੈ, ਮਜ਼ਦੂਰਾਂ ਬਿਨਾਂ ਨਾ ਮੀਡੀਆ ਚੱਲਦਾ ਹੈ, ਮਜ਼ਦੂਰਾਂ ਬਿਨਾਂ ਕੁਛ ਵੀ ਇਸ ਦੇਸ਼ 'ਚ ਨਹੀਂ ਚੱਲਦਾ। ਪਰ ਮਜ਼ਦੂਰਾਂ ਨੂੰ ਸਾਰੇ ਹੀ ਕੱਖ ਨਹੀਂ ਸਮਝਦੇ, ਮਜ਼ਦੂਰਾਂ ਦੀ ਕੋਈ ਨਹੀਂ ਸੁਣਦਾ। ਹੁਣ ਅੱਜ ਤੁਸੀਂ ਦੇਖੋ, ਅੱਜ ਮਜ਼ਦੂਰਾਂ ਨੇ ਰੇਲਾਂ ਰੋਕੀਆਂ, ਇੱਕ ਦਿਨ ਪਹਿਲਾਂ ਕਿਸਾਨਾਂ ਨੇ ਰੋਕੀਆਂ ਪੰਜਾਬ 'ਚ ਰੇਲਾਂ, ਅਤੇ ਰੇਲਾਂ ਉਹਨਾਂ ਨੇ ਰੋਕੀਆਂ, ਕੋਈ ਉਹਨਾਂ ਦੇ ਉੱਪਰ ਐਕਸ਼ਨ ਨਹੀਂ ਹੋਇਆ। ਭਾਵੇਂ ਕਿ ਸਰਕਾਰਾਂ ਕਿਸੇ ਨੂੰ ਬਖਸ਼ਦੀਆਂ ਨਹੀਂ, ਪਰ ਇੱਕ ਵੱਡਾ ਫਰਕ ਦੇਖੋ। ਕੱਲ੍ਹ ਮੀਡੀਆ ਨੇ ਵੀ ਕਵਰੇਜ ਕੀਤੀ ਔਰ ਕਿਸਾਨਾਂ ਦੇ ਉੱਪਰ ਸਰਕਾਰ ਨੇ ਵੀ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਕੀਤਾ। ਅੱਜ ਰੇਲਾਂ ਰੋਕੀਆਂ ਮਜ਼ਦੂਰਾਂ ਨੇ, ਅਤੇ ਅੱਜ ਹੋਇਆ ਕਿ ਪਹਿਲਾਂ ਤਾਂ ਮਜ਼ਦੂਰਾਂ ਨੂੰ ਘਰੋਂ ਘਰੀ ਜਾ ਕੇ ਅਤੇ ਚੁੱਕਿਆ ਗਿਆ, ਉਸ ਤੋਂ ਬਾਅਦ ਜਿਹੜੇ ਰੇਲਵੇ ਟਰੈਕਾਂ 'ਤੇ ਪਹੁੰਚ ਕੇ ਉੱਥੋਂ ਫਿਰ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਗਈ, ਅਤੇ ਫਿਰ 500 ਰੁਪਈਆ ਜੁਰਮਾਨੇ ਪਾ ਕੇ ਉਹਨਾਂ ਨੂੰ ਛੱਡਿਆ ਗਿਆ। ਹੁਣ ਤੁਸੀਂ ਦੇਖੋ, ਅੱਜ ਨਾ ਤਾਂ ਕਿਤੇ ਮੀਡੀਆ ਦਿਖਿਆ, ਨਾ ਮੀਡੀਆ ਨੇ ਉਸ ਤੋਂ ਬਾਅਦ ਇਸ ਗੱਲ ਨੂੰ ਪੇਸ਼ ਕੀਤਾ, ਨਾ ਸਰਕਾਰਾਂ ਨੇ ਲਿਹਾਜ਼ ਕੀਤਾ। ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬਹੁਤ ਸੁਣਿਆ, ਪਰ ਵਿਰਲੀਆਂ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਇਹਦੇ 'ਤੇ ਚੁੱਪ ਨੇ। ਹੁਣ ਦੱਸੋ, ਕੀ ਮਜ਼ਦੂਰਾਂ ਨੂੰ ਸਾਰੇ ਟਿੱਚ ਨਹੀਂ ਸਮਝਦੇ? ਮਜ਼ਦੂਰਾਂ ਨੂੰ ਸਾਰੇ ਵਰਤਦੇ ਨੇ, ਅਤੇ ਵਰਤ ਕੇ ਫਿਰ ਮੱਖਣ 'ਚੋਂ ਵਾਲ ਵਾਂਗੂ ਪਾਸੇ ਸੁੱਟ ਦਿੰਦੇ ਨੇ। ਮਜ਼ਦੂਰਾਂ ਨੂੰ ਸਰਕਾਰਾਂ ਸਿਰਫ ਵੋਟ ਸਮਝਦੀਆਂ, ਵੋਟ ਬੰਦੇ ਸਮਝਿਆ ਹੀ ਨਹੀਂ ਜਾਂਦਾ। ਤੁਸੀਂ ਦੇਖੋ ਮਜ਼ਦੂਰਾਂ ਦੀਆਂ ਮੰਗਾਂ ਕੀ, ਕੋਈ ਬਹੁਤ ਵੱਡੀਆਂ ਜਗੀਰਾਂ ਨਹੀਂ ਮਜ਼ਦੂਰ ਮੰਗਦੇ, ਸਭ ਤੋਂ ਛੋਟੀਆਂ ਅਤੇ ਸਭ ਤੋਂ ਜਾਇਜ਼ ਮੰਗਾਂ ਨੇ ਮਜ਼ਦੂਰਾਂ ਦੀਆਂ। ਕਿਹੜੀਆਂ ਕਿਹੜੀਆਂ? ਮਜ਼ਦੂਰ ਵਿਚਾਰੇ ਇਹ ਕਹਿੰਦੇ ਨੇ ਵੀ ਹੁਣ ਤੱਕ ਸਾਰੀਆਂ ਪਾਰਟੀਆਂ ਨੇ ਇਹ ਆਖਿਆ ਵੀ ਅਸੀਂ ਮਜ਼ਦੂਰਾਂ ਨੂੰ ਰਹਿਣ ਦੇ ਲਈ ਪੰਚਾਇਤੀ ਸਾਂਝੀਆਂ ਜ਼ਮੀਨਾਂ 'ਚੋਂ 5-5 ਮਰਲੇ ਜ਼ਮੀਨ ਦੇਵਾਂਗੇ। ਨਹੀਂ ਹੈਗੀਆਂ ਉਹਨਾਂ ਕੋਲ ਥਾਵਾਂ। ਅਗਾਂਹ ਦਾਦੇ ਤੋਂ ਬਾਅਦ ਪੋਤੇ ਤੱਕ ਦੀ ਪੀੜ੍ਹੀ ਤੱਕ 5-5 ਮਰਲਿਆਂ ਦੀ ਥਾਂ ਨੂੰ ਵੰਡਿਆ ਗਿਆ, ਅਤੇ ਖੁੱਡਿਆਂ ਜਿੰਨੀ ਥਾਂ ਵੀ ਨਹੀਂ ਆਉਂਦੀ ਪਈ, ਘਰ ਪਾਉਣ ਅਤੇ ਬਾਥਰੂਮ ਬਣਾਉਣ ਜੋਗੀ ਜਗ੍ਹਾ ਵੀ ਉਹਨਾਂ ਕੋਲ ਨਹੀਂ ਹੈ। ਦੂਜੀ ਮਜ਼ਦੂਰਾਂ ਦੀ ਮੰਗ ਹੈ ਕਿ ਕਰਜ਼ਾ ਮਾਫੀ ਕੀਤੀ ਜਾਵੇ। ਤੀਜੀ ਮਜ਼ਦੂਰਾਂ ਦੀ ਮੰਗ ਹੈ ਪੰਚਾਇਤੀ ਜ਼ਮੀਨਾਂ 'ਚ ਜਿਹੜਾ ਉਹਨਾਂ ਦਾ ਕਾਨੂੰਨੀ ਤੌਰ 'ਤੇ ਹਿੱਸਾ ਬਣਦਾ ਹੈ ਉਹ ਪੱਕੇ ਤੌਰ 'ਤੇ ਉਹਨਾਂ ਨੂੰ ਦਿੱਤਾ ਜਾਵੇ। ਬੜੀਆਂ ਜਾਇਜ਼ ਮੰਗਾਂ ਨੇ ਮਜ਼ਦੂਰਾਂ ਦੀਆਂ, ਪਰ ਹੁਣ ਤੱਕ ਸਾਰੀਆਂ ਹੀ ਪਾਰਟੀਆਂ ਨੇ ਮਜ਼ਦੂਰਾਂ ਨੂੰ ਲਾਰੇ ਲਾਏ, ਲੱਪੇ ਲਾਏ। ਪਰ ਅੱਜ ਜਿੰਨੀਆਂ ਵੀ ਪਾਰਟੀਆਂ ਦੀਆਂ ਸਰਕਾਰਾਂ ਕੇਂਦਰ ਜਾਂ ਪੰਜਾਬ 'ਚ ਨੇ, ਕੋਈ ਵੀ ਸਰਕਾਰ ਮਜ਼ਦੂਰਾਂ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੀ। ਮਜ਼ਦੂਰ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਤੋਂ ਸਾਨੂੰ ਉਮੀਦਾਂ ਸੀ, ਕਿਉਂਕਿ ਕਹਿੰਦੇ ਭਗਵੰਤ ਮਾਨ ਨੇ ਸਾਡੇ ਵਿਹੜਿਆਂ 'ਚ ਆ ਕੇ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ ਦੇ ਗੀਤ ਗਾਏ ਸੀ। ਕਹਿੰਦੇ ਸਾਨੂੰ ਐਂ ਲੱਗਾ ਸੀ ਪਹਿਲੀ ਵਾਰ ਕੰਮੀਆਂ ਦੀ ਗੱਲ ਸੁਣਨ ਵਾਲਾ ਜਾਂ ਕੰਮੀਆਂ ਦਾ ਦਰਦ ਸਮਝਣ ਵਾਲਾ ਬੰਦਾ ਜਿਹੜਾ ਉਹ ਮੂਹਰੇ ਆ ਰਿਹਾ। ਅਸੀਂ ਕਹਿੰਦੇ ਸਪੋਰਟ ਕੀਤੀ। ਕਹਿੰਦੇ ਜਿੱਦਣ ਦਾ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਿਆ ਨਾ, ਮਜ਼ਦੂਰਾਂ ਦੇ ਆਗੂ ਕੱਲ੍ਹ ਬੋਲੇ, ਸਾਡੇ ਚੈਨਲ 'ਤੇ ਵੀ ਬੋਲੇ, ਉਹ ਕਹਿੰਦੇ ਕਿ ਭਗਵੰਤ ਮਾਨ ਦੇ ਮੂੰਹੋਂ ਮਜ਼ਦੂਰ ਸ਼ਬਦ ਹੀ ਨਹੀਂ ਨਿਕਲਿਆ, ਮਜ਼ਦੂਰ ਸ਼ਬਦ ਹੀ ਬੋਲਣਾ ਬੰਦ ਕਰਤਾ ਕਹਿੰਦੇ ਉਹਨਾਂ ਨੇ। ਅੱਛਾ, ਹੁਣ ਇਹ ਗੱਲ ਕੀ ਸੱਚ ਨਹੀਂ? ਦੇਖੋ, ਜਿੰਨਾ ਕੁਛ ਧਰਤੀ ਦੇ ਉੱਪਰ ਬਣਿਆ ਨਾ,
ਜਿੰਨਾ ਕੁਛ ਵੀ ਆ, ਬਿਲਡਿੰਗਾਂ ਬਣੀਆਂ, ਆ ਪੁਲ ਬਣੇ, ਆ ਸੜਕਾਂ ਬਣੀਆਂ, ਆ ਵੱਡੇ ਵੱਡੇ ਹੋਸਪਿਟਲ ਬਣੇ, ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੀ ਉਸਾਰੀ ਹੋਈ, ਇਹ ਸਾਰਾ ਕੁਛ ਮਜ਼ਦੂਰਾਂ ਦੇ ਹੱਥਾਂ 'ਚੋਂ ਨਿਕਲਿਆ। ਜਿੰਨੀਆਂ ਵੀ ਦਵਾਈਆਂ ਦੀਆਂ ਫੈਕਟਰੀਆਂ 'ਚ ਦਵਾਈਆਂ ਬਣਦੀਆਂ, ਉਹ ਮਜ਼ਦੂਰਾਂ ਦੇ ਹੱਥਾਂ 'ਚੋਂ ਨਿਕਲਦੀਆਂ ਨੇ। ਜਿੰਨਾ ਕੁਝ ਵੀ ਬਣ ਰਿਹਾ ਖੇਤਾਂ ਦੇ ਵਿੱਚ ਵੀ ਮਜ਼ਦੂਰ ਕੰਮ ਕਰਦੇ ਨੇ, ਉਹਨਾਂ ਦੇ ਹੱਥਾਂ ਦੇ ਵਿੱਚੋਂ ਹੀ ਝੋਨੇ ਦਾ ਇੱਕ ਇੱਕ ਡੱਕਾ ਲੱਗਦਾ, ਉਹਨਾਂ ਦੇ ਹੱਥਾਂ ਅਤੇ ਪੈਰਾਂ ਦੇ ਨਾਲ ਹੀ ਉਹ ਪਲਦਾ, ਵੱਢਿਆ ਵੀ ਉਹਨਾਂ ਦੁਆਰਾ ਜਾਂਦਾ ਅਤੇ ਫਿਰ ਢੋ ਕੇ ਬੋਰੀਆਂ ਦੇ ਵਿੱਚ ਭਰਨ ਤੱਕ ਅਤੇ ਗੋਦਾਮ 'ਚ ਲੈ ਕੇ ਜਾਣ ਤੱਕ ਮਜ਼ਦੂਰ ਕੰਮ ਕਰਦੇ ਨੇ। ਪਰ ਤੁਸੀਂ ਦੇਖੋ ਸਦਾ ਹੀ ਇਹ ਖਾਲੀ ਨੇ, ਇਹਨਾਂ ਕੋਲ ਕੱਖ ਨਹੀਂ ਹੈਗਾ। ਸਾਰੀ ਦੁਨੀਆ ਦਾ ਸਭ ਕੁਛ ਕਰਨ ਵਾਲੇ ਆਪ ਬਿਲਕੁਲ ਨੰਗ ਮਲੰਗ ਨੇ। ਦਵਾਈਆਂ ਦੀਆਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਜੀ ਆਪ ਦਵਾਈ ਖੁਣੋਂ ਮਰ ਜਾਂਦੇ ਨੇ। ਬੂਟਾਂ ਅਤੇ ਜੁੱਤੀਆਂ ਦੀਆਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਜਿਹੜੇ ਨੇ, ਉਹਨਾਂ ਦੇ ਆਪਦੇ ਨਿਆਣੇ ਪੈਰੋਂ ਨੰਗੇ ਫਿਰਦੇ ਨੇ। ਮਤਲਬ ਸਭ ਕੁਛ ਇਹਨਾਂ ਨੇ ਸਿਰਜਿਆ ਅਤੇ ਇਹੀ ਸਭ ਤੋਂ ਥੱਲੇ ਨੇ, ਪਰ ਕੋਈ ਨਹੀਂ ਸੁਣਦਾ। ਅੱਜ ਤੁਸੀਂ ਨੋਟ ਕਰਿਓ ਕਿੰਨੇ ਕੁ ਮੀਡੀਆ ਚੈਨਲ ਨੇ ਜਿਨ੍ਹਾਂ ਨੇ ਮਜ਼ਦੂਰਾਂ ਨੇ ਜਦੋਂ ਅੱਜ ਰੇਲ ਰੋਕੀ ਹੈ ਤਾਂ ਉਹਨਾਂ ਦੇ ਉੱਪਰ ਲਾਠੀਚਾਰਜ ਹੋਇਆ, ਕਿੰਨੇ ਕੁ ਚੈਨਲਾਂ ਨੇ ਇਹ ਖਬਰ ਦਿੱਤੀ ਹੈ, ਕਿੰਨੇ ਕੁ ਚੈਨਲਾਂ ਨੇ ਇਹਨੂੰ ਦਿਖਾਇਆ। ਮੈਨੂੰ ਲੱਗਦਾ ਹੈ ਵਿਰਲੇ ਚੈਨਲਾਂ ਨੇ ਭਲਾ, ਨਹੀਂ ਤਾਂ ਇਹ ਖਬਰ ਹੀ ਨਹੀਂ ਹੈਗੀ, ਕਿਉਂਕਿ ਮਸਾਲਾ ਚਾਹੀਦਾ। ਅੰਬਾਨੀਆਂ ਦਾ ਵਿਆਹ ਚਾਹੇ 10 ਦਿਨ ਹੋਰ ਚੱਲੀ ਜਾਂਦਾ ਅਤੇ ਇਹਨਾਂ ਨੇ ਵਿਖਾਈ ਜਾਣਾ ਸੀ। ਮੈਨੂੰ ਤਾਂ ਕਦੇ ਕਦੇ ਮੀਡੀਆ ਦਾ ਇਹ ਵੇਖ ਕੇ ਸ਼ਰਮ ਆਉਂਦੀ ਹੈ ਵੀ ਉਹਨਾਂ ਅਮੀਰ ਜਾਦਿਆਂ ਦੇ ਛੌਂਕ ਵਿਖਾਈ ਜਾਣਗੇ, ਉਹਨਾਂ ਅਮੀਰ ਜਾਦਿਆਂ ਦੇ ਪਾਏ ਮਹਿੰਗੇ ਮਹਿੰਗੇ ਕੱਪੜੇ, ਇੱਥੋਂ ਤੱਕ ਕਿ ਉਹਨਾਂ ਦਾ ਖੰਘਿਆ ਤੱਕ ਵਿਖਾਈ ਜਾਣਗੇ। ਆਹ ਤੇਰੀ ਐਡਾ ਮੀਡੀਆ, ਮਤਲਬ ਪੰਜਾਬ 'ਚ ਵੀ ਇਹੋ ਜਿਹੇ ਚੈਨਲ ਹੈਗੇ ਨੇ ਬਈ ਉਹਨੇ ਆਹ ਪੁਸ਼ਾਕ ਪਾਈ ਅਤੇ ਉਹਨੇ ਆਹ, ਮੈਂ ਕਹਿੰਦਾ ਕਿੱਲਤ ਆਉਂਦੀ ਹੈ ਇਹੋ ਜਿਹੇ ਮੀਡੀਆ ਦੇ ਉੱਪਰ। ਇਹ ਕਰੀ ਕੀ ਜਾਂਦੇ ਨੇ ਅਤੇ ਆਪਦੇ ਆਪ ਨੂੰ ਮੀਡੀਆ ਕਵਾਉਂਦੇ ਨੇ ਅਤੇ ਫਿਰ ਐਂ ਪਾ ਕੇ ਵਧੀਆ ਵਧੀਆ ਲੀੜੇ, ਅਤੇ ਉਹਨਾਂ ਮੀਡੀਆ ਦੇ ਮੁਖੀ ਜਿਹੜੇ ਨੇ ਉਹ ਐਂ ਬਹਿੰਦੇ ਨੇ ਵੀ ਅਸੀਂ ਵੀ ਮੀਡੀਆ ਚਲਾ ਰਹੇ ਹਾਂ ਅਤੇ ਸਾਨੂੰ ਵੀ ਪਤਾ ਮੀਡੀਆ ਕੀ ਹੁੰਦਾ। ਕੱਖ ਨਹੀਂ ਪਤਾ ਤੁਹਾਨੂੰ ਮੀਡੀਆ ਕੀ ਹੁੰਦਾ, ਪਤਾ ਜੇ ਹੋਊਗਾ ਤਾਂ ਫਿਰ ਦਿਮਾਗੀ ਤੌਰ 'ਤੇ ਜਾਣ ਬੁੱਝ ਕੇ ਤੁਸੀਂ ਇੰਝ ਕਰ ਰਹੇ ਹੋ ਜੋ ਨਹੀਂ ਕਰਨਾ ਚਾਹੀਦਾ। ਇਹਨੂੰ ਚਮਚਾਗਿਰੀ ਕਹਿੰਦੇ ਨੇ, ਇਹਨੂੰ 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 ਹੋਰ ਗਿੰਦੀ ਪੁਣੇ ਤੱਕ ਵੀ ਕਹਿੰਦੇ ਨੇ। ਗੋਦੀ ਮੀਡੀਆ ਰਵੀਸ਼ ਕੁਮਾਰ ਇਸੇ ਹਰਕਤਾਂ ਨੂੰ ਕਹਿੰਦਾ। ਸੋ ਖੈਰ ਛੱਡੋ, ਗੱਲ ਮਜ਼ਦੂਰਾਂ ਦੀ ਹੈ, ਕਿਰਤੀਆਂ ਦੇ ਨਾਲ ਡਟ ਕੇ ਖੜ੍ਹਨਾ ਚਾਹੀਦਾ, ਕਿਰਤੀਆਂ ਦੇ ਸਿਰ 'ਤੇ ਹੀ ਸਭ ਕੁਛ ਚੱਲਦਾ ਪਿਆ। ਕਿਰਤੀਆਂ 'ਤੇ ਹੋਏ ਅੱਜ ਦੇ ਲਾਠੀਚਾਰਜ ਦੀ ਮੈਂ ਨਿਖੇਧੀ ਕਰਦਾ, ਮੈਨੂੰ ਲੱਗਦਾ ਇਹ ਗਲਤ ਹੋਇਆ। ਬਹੁਤ ਮਿਹਰਬਾਨੀ।